ASI ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫਤਾਰ। ਵਿਜੀਲੈਂਸ ਮੋਗਾ ਨੇ ਇੱਕ ASI ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਵਿਜੀਲੈਂਸ ਬਿਊਰੋ ਦੇ DSP ਵਿਜੀਲੈਂਸ ਮੋਗਾ ਹਰਜਿੰਦਰ ਸਿੰਘ ਨੇ ਵੱਡੀ ਕਾਰਵਾਈ ਕਰਦਿਆਂ ਥਾਣਾ ਧਰਮਕੋਟ ਵਿਖੇ ਤਾਇਨਾਤ ASI ਗੁਰਪ੍ਰੀਤ ਸਿੰਘ ਨੂੰ 5000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰ ਲਿਆ ਹੈ। ਇਸ ਸੰਬੰਧੀ ਮੋਗਾ ਦਫ਼ਤਰ ਵਿਖੇ DSP ਹਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਭਿੰਡਰ ਕਲਾਂ ਦੇ ਵਾਸੀ ਸੁਖਮੰਦਰ ਸਿੰਘ ਨੇ ਕਿਸੇ ਝਗੜੇ ਸੰਬੰਧੀ ਗੁਰਦੀਪ ਸਿੰਘ ਅਤੇ ਵਰਿੰਦਰ ਸਿੰਘ ਦੇ ਖਿਲਾਫ਼ ਦਰਖਾਸਤਾਂ ਧਰਮਕੋਟ ਥਾਣੇ ਵਿੱਚ ਦਿੱਤੀਆਂ ਸਨ, ਜਿਨ੍ਹਾਂ 'ਤੇ ਕਾਰਵਾਈ ਕਰਨ ਲਈ ASI ਗੁਰਪ੍ਰੀਤ ਸਿੰਘ ਥਾਣਾ ਧਰਮਕੋਟ ਨੇ ਸ਼ਿਕਾਇਤਕਰਤਾ ਤੋਂ 20000 ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ ਸ਼ਿਕਾਇਤਕਰਤਾ ਮੁਦਈ ਸੁਖਮੰਦਰ ਸਿੰਘ ਦੇ ਮਿੰਨਤਾਂ ਤਰਲੇ ਕਰਨ 'ਤੇ ASI 10000 ਰੁਪਏ ਰਿਸ਼ਵਤ ਲੈਣ ਲਈ ਸਹਿਮਤ ਹੋ ਗਿਆ। ਪਰ ASI ਨੇ ਮੁਦਈ ਨੂੰ ਮਜਬੂਰ ਕਰਕੇ ਉਸ ਤੋਂ ਤੁਰੰਤ 5000 ਰੁਪਏ ਰਿਸ਼ਵਤ ਵਜੋਂ ਮੌਕੇ 'ਤੇ ਲੈ ਲਏ। ਬਾਕੀ ਦੇ 5000 ਰੁਪਏ ਮਦਈ ਦੇਣਾ ਨਹੀਂ ਸੀ ਚਾਹੁੰਦਾ। ਉਸਨੇ ਵਿਜੀਲੈਂਸ ਕੋਲ ਪਹੁੰਚ ਕੀਤੀ ਅਤੇ ਅੱਜ ASI ਗੁਰਪ੍ਰੀਤ ਸਿੰਘ ਵੱਲੋਂ ਮਦਈ ਨੂੰ ਮਜਬੂਰ ਕਰਨ 'ਤੇ ਬਾਕੀ ਰਹਿੰਦੀ 5000 ਰੁਪਏ ਦੀ ਰਕਮ ਰਿਸ਼ਵਤ ਵਜੋਂ ਮੋਗਾ ਦੇ ਕੋਰਟ ਕੰਪਲੈਕਸ ਸਾਹਮਣੇ ਪ੍ਰਾਪਤ ਕੀਤੀ ਅਤੇ ਆਪਣੀ ਪੁਲਿਸ ਵਰਦੀ ਵਾਲੀ ਪਿੰਡ ਦੀ ਜੇਬ ਵਿੱਚ ਪਾ ਲਈ। ਮੌਕੇ 'ਤੇ ਵਿਜੀਲੈਂਸ ਵੱਲੋਂ ASI ਨੂੰ ਗ੍ਰਿਫਤਾਰ ਕਰਕੇ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੰਜਾਬ ਗਲੋਬਲ ਲਈ ਮੋਗਾ ਤੋਂ ਅਮਰਜੀਤ ਬਾਬਰੀ ਦੇ ਨਾਲ ਜੁਗਿੰਦਰ ਸਿੰਘ ਦੀ ਰਿਪੋਰਟ। ਮੋਗਾ ਤੋਂ ਫੜਿਆ ਜੀ, 5000 ਰੁਪਏ ਦਾ ਰੰਗੇ ਹੱਥੀਂ ਉਹਨੂੰ ਲੈਂਦੇ ਗ੍ਰਿਫਤਾਰ ਕੀਤੇ। ਕਿੱਥੇ ਤੈਨਾਤ ਸੀਗਾ? ਇਹ ਥਾਣਾ ਧਰਮਕੋਟ ਮੋਗੇ। ਸਰ ਕੀ ਨਾਮ ਇਹਨਾਂ ਦਾ ਅਤੇ ਕਿੱਥੋਂ ਕਿਵੇਂ ਫੜਿਆ ਗਿਆ ਸੀ? ਕੀ ਘਟਨਾ ਸਾਰੀ ਹੋਈ ਹੈ ਜੀ? ਇਹ ASI ਗੁਰਪ੍ਰੀਤ ਸਿੰਘ ਸੀ ਜੀ ਇਹਦਾ ਨਾਂ ਜੀ। ਅਤੇ ਕੀ ਮਾਮਲੇ 'ਚ ਕਿਸ ਮਾਮਲੇ ਫੜਿਆ ਗਿਆ ਜੀ? ਇਹਦਾ ਇੱਕ ਸੁਖਮੰਦਰ ਸਿੰਘ ਨਾਮ ਦਾ ਵਿਅਕਤੀ ਹੈ ਜੀ ਭਿੰਡਰ ਕਲਾਂ ਤੋਂ। ਉਹਨਾਂ ਦਾ ਕੋਈ ਜ਼ਮੀਨ ਦਾ ਝਗੜਾ ਸੀਗਾ ਜਿਹਦੇ ਸੰਬੰਧ 'ਚ ਉਹਨਾਂ ਆਪਣੀ ਦਰਖਾਸਤ ਦਿੱਤੀ ਸੀਗੀ। ਉਹ ਦਰਖਾਸਤ 'ਤੇ ਕਾਰਵਾਈ ਕਰਨ ਦੇ ਇਹਦੇ ਕੋਲ ਪੈਸੇ ਦੀ ਡਿਮਾਂਡ ਕਰਦਾ ਸੀ ਜਿਹਦੇ ਸੰਬੰਧ 'ਚ। ਕਿੰਨੇ ਪੈਸੇ ਡਿਮਾਂਡ ਕਰਦਾ ਸੀ? ਕਿੰਨੇ ਬਰਾਮਦ ਹੋਏ ਇਹਨਾਂ ਫੜੇ? ਪੈਸੇ ਨੇ 20000 ਦੀ ਡਿਮਾਂਡ ਕੀਤੀ ਸੀਗੀ ਜੀ ਅਤੇ 20000 'ਚੋਂ ਇਹਨਾਂ ਦਾ 10000 'ਚ ਇਹਨਾਂ ਦਾ ਡਿਸਾਈਡ ਹੋਇਆ, ਸੌਦਾ ਤੈਅ ਹੋਇਆ। ਉਹਦੇ 'ਚੋਂ 5000 ਰੁਪਏ ਇਹਨੇ ਪਹਿਲਾਂ ਲੈ ਲਿਆ ਸੀਗਾ ਅਤੇ 5000 ਰੁਪਈਆ ਅੱਜ ਇਹਨੇ ਲੈਣਾ ਸੀਗਾ ਜਦੋਂ ਲੈਂਦੇ ਰੰਗੇ ਹੱਥੀਂ ਫੜ ਲਿਆ। ਅੱਜ ਜਿਹੜਾ ਟਾਈਮ ਕਿੱਥੋਂ ਰੱਖਿਆ ਗਿਆ ਇਹਨਾਂ ਦੇ ਕਿੱਥੋਂ ਫੜਿਆ ਗਿਆ? ਇਹ ਇਹਦੇ ਨਾਲ ਟਾਈ ਅਪ ਕਰਕੇ ਹੀ ਹੋਣਾ ਸੀਗਾ ਜੀ। ਉਹ ਜਦੋਂ ਮਦਈ ਨੇ ਇਹਨੂੰ ਪੁੱਛਿਆ ਵੀ ਮੈਂ ਕਿੱਥੇ ਆਵਾਂ ਅਤੇ ਕਹਿੰਦਾ ਮੈਂ ਮੋਗੇ ਆ ਰਿਹਾ। ਕੋਈ ਟਾਈਮ ਫਿਕਸ ਨਹੀਂ ਵੀ ਇਹਨੇ ਮੋਗੇ ਆਉਣਾ ਜਾਂ ਧਰਮਕੋਟ ਜਾਣਾ ਜਾਂ ਥਾਣੇ ਜਾਣਾ। ਉਹ ਜਿੱਥੇ ਉਹ ਕਹਿੰਦਾ ਉੱਥੇ ਇਹਨੂੰ ਦੇਣੇ ਸੀਗੇ। ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ? ਸਾਡੇ ਵੱਲੋਂ ਉਹਨੂੰ ਰੰਗੇ ਹੱਥੀਂ ਫੜ ਕੇ ਉਹਦੇ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਜੀ। ਪਰਚਾ ਮੁਕੱਦਮਾ ਨੰਬਰ 19 ਅਧੀਨ ਧਾਰਾ 7 PC ਐਕਟ 1988 ਐਜ ਅਮੈਂਡਡ ਬਾਏ PC ਅਮੈਂਡਡ ਐਕਟ 2018 ਥਾਣਾ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਦਰਜ ਕੀਤਾ ਹੈ ਜੀ। ਜੁਆਇਨਿੰਗ ਇਹਦੀ ਪੁਰਾਣੀ ਹੈ ਕੋਈ ਨਵੀਂ? ਜੁਆਇਨਿੰਗ ਬਾਰੇ ਨਹੀਂ ਹੈ ਜੀ, ਮੈਨੂੰ ਇਹਦੇ ਬਾਰੇ ਕਨਫਰਮ ਹੈਗਾ ਜੀ ਵੀ ਪੁਰਾਣਾ ਪੁਰਾਣਾ ਕਿ ਨਵਾਂ ਇਹਦੇ ਬਾਰੇ ਪੁਰਾਣਾ ਹੀ ਹੋਏਗਾ ਜੀ।